ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਇਹ ਵਾਲਾ ਡਿਜ਼ਾਈਨ ਬਹੁਤ ਹੀ ਆਸਾਨ ਡਿਜ਼ਾਈਨ ਹੈ ਇਹ ਅੱਜ ਵਾਲਾ ਆਪਣਾ ਇਸ ਡਿਜ਼ਾਈਨ ਨੂੰ ਆਪਾਂ ਬਾਰਡਰ ਦੇ ਵਿੱਚ ਵੀ ਬਣਾ ਸਕਦੇ ਹਾਂ ਔਰ ਪੂਰੀ ਕੋਟੀ ਸਵੈਟਰ ਦੇ ਵਿੱਚ ਵੀ ਬਣਾ ਸਕਦੇ ਹਾਂ ਜਿਵੇਂ ਆਪਾਂ ਜੈਂਟਸ ਕੋਟੀ ਜਾਂ ਸਵੈਟਰ ਦੇ ਵਿੱਚ ਇਸ ਡਿਜ਼ਾਈਨ ਨੂੰ ਵੀ ਬਣਾ ਸਕਦੇ ਹਾਂ ਸਾਨੀ ਨਾਲ ਤੇ ਕੱਲਾ ਆਪਾਂ ਬਾਰਡਰ ਵੀ ਬਣਾ ਸਕਦੇ ਆ ਜਿਵੇਂ ਪਹਿਣਾ ਦੀ ਕੋਟੀ ਜੈਕਟ ਆ ਉਹਦੇ ਆਪਾਂ ਨੀਚੇ ਬਾਰਡਰ ਬਣਾ ਕੇ ਨਾਲ ਆਪਾਂ ਬਟਨ ਪੱਟੀ ਵੀ ਇਸ ਡਿਜ਼ਾਈਨ ਦੇ ਸ਼ੁਰੂ ਕਰ ਸਕਦੇ ਆ ਬਹੁਤ ਹੀ ਆਸਾਨ ਡਿਜ਼ਾਈਨ ਆ ਇਹ ਅੱਜ ਵਾਲਾ ਆਪਣਾ ਸਿਰਫ ਤਿੰਨ ਤਿੰਨ ਗੁੰਡੇ ਦਾ ਤੇ ਇੱਕ ਸਲਾਈ ਦਾ ਇਹ ਡਿਜ਼ਾਈਨ ਆ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰਿਓ ਤਾਕਿ ਤੁਹਾਨੂੰ ਮੇਰੀ ਵੀਡੀਓ ਦੀ ਅਗਲੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤੇ ਤੁਸੀਂ ਇਸੇ ਤਰ੍ਹਾਂ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਦੇਖਦੇ ਰਹੋ। ਇਹ ਹੈਗੀ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ। ਪਹਿਲਾ ਕੁੰਡਾ ਚਾਹੇ ਤੁਸੀਂ ਬਿਨਾਂ ਬੁਣੇ ਤਾਰ ਲਓ, ਚਾਹੇ ਬੁਣ ਲਓ ਤੁਹਾਡੀ ਮਰਜ਼ੀ ਆ। ਪਹਿਲਾ ਕੁੰਡਾ ਮੈਂ ਉਲਟਾ ਬਣਾਇਆ ਹੈਗਾ ਉਸ ਤੋਂ ਬਾਅਦ ਧਾਗਾ ਪਿੱਛੇ ਕਰਕੇ ਆਹ ਵਾਲੇ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਬੈਕ ਲੂਪ ਤੋਂ ਦੋਹਾਂ ਦਾ ਇੱਕ ਕਰਨਾ ਇਸ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਉੱਪਰਲਾ ਕੁੰਡਾ ਇਹਨੂੰ ਇਕੱਲੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੰਨਣਾ ਫਿਰ ਇੱਕ ਕੁੰਡਾ ਉਲਟਾ ਤਾਂਗਾ ਪਿੱਛੇ ਕਰਕੇ ਅਗਲੇ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਇਸ ਤਰ੍ਹਾਂ ਇਹਨਾਂ ਨੂੰ ਬੈਕ ਲੂਪ ਤੋਂ ਆਪਾਂ ਪਹਿਲਾਂ ਇਕੱਠੇ ਬੰਨਣਾ ਫੇਰ ਸਲਾਈ ਤੋਂ ਉਤਾਰ ਦੇਣਾ ਹੈ ਇਹਨਾਂ ਨੂੰ ਤੇ ਉੱਪਰਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਚੱਕ ਲੈਣਾ ਤੇ ਇਹਨੂੰ ਇੱਕ ਵਾਰੀ ਆਪਾਂ ਫੇਰ ਸਿੱਧਾ ਬੁਣ ਦੇਣਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਤੇ ਫੇਰ ਉੱਪਰਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਚੱਕ ਕੇ ਇੱਕ ਵਾਰੀ ਫੇਰ ਬੁਣ ਦੇਣਾ ਇਹ ਆਪਣੇ ਦੋ ਕੁੰਡਿਆਂ ਦੇ ਦੋ ਦੋ ਕੁੰਡੇ ਬਣ ਜਾਂਦੇ ਨੇ ਬਸ ਆਪੇ ਹੀ ਤਿੰਨ ਕੁੰਡਿਆਂ ਨੂੰ ਰਿਪੀਟ ਕਰਨਾ ਵਾਰ-ਵਾਰ ਬਹੁਤ ਹੀ ਆਸਾਨ ਡਿਜ਼ਾਈਨ ਆ ਬਣਿਆ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਕੁੜੀਆਂ ਦੀ ਸਕੀਵੀ ਦੇ ਵਿੱਚ ਵੀ ਆਪਾਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਜਾਂ ਆਪਾਂ ਕੱਲਾ ਬਾਰਡਰ ਬਣਾ ਸਕਦੇ ਆ ਇਸ ਡਿਜ਼ਾਈਨ ਦਾ ਲਾਸਟ ਵਾਲਾ ਕੁੰਡਾ ਉਲਟਾ ਤੇ ਆਹ ਹੈ ਜੇ ਸਟਿਚ ਨੂੰ ਆਪਾਂ ਸਿੱਧਾ ਬੁਣ ਦਿਆਂਗੇ ਇਸ ਤਰ੍ਹਾਂ ਹੁਣ ਆਗੇ ਜੀ ਆਪਾਂ ਬੈਕ ਸਾਈਡ ਤੇ ਇਹ ਸਲਾਈ ਥੋੜੀ ਜੀ ਧਿਆਨ ਨਾਲ ਦੇਖਿਓ ਪਹਿਲਾ ਕੁੰਡਾ ਆਪਾਂ ਬਿਨਾ ਬੁਣੇ ਉਤਾਰ ਲੈਣਾ ਫਿਰ ਆਪਾਂ ਧਾਗਾ ਪਿੱਛੇ ਕਰ ਲੈਣਾ ਇੱਧਰ ਆਪਾਂ ਜਿਹੜਾ ਇੱਕ ਕੁੰਡਾ ਉਲਟਾ ਬਣਾਇਆ ਇੱਕ ਆਪਾਂ ਇਹਨੂੰ ਸਿੱਧਾ ਬੁਣਨਾ ਤੇ ਇਹਦੇ ਨਾਲ ਵਾਲਾ ਕੁੰਡਾ ਆਪਾਂ ਇੱਕ ਸਿੱਧਾ ਬੁਣਨਾ ਐ ਇਸ ਤਰ੍ਹਾਂ ਫੇਰ ਆਪਾਂ ਧਾਗਾ ਆਪਣੇ ਵੱਲ ਕਰਕੇ ਆਹ ਵਾਲੇ ਕੁੰਡੇ ਨੂੰ ਤੀਜੇ ਨੂੰ ਬਿਨਾਂ ਬੁਣੇ ਉਤਾਰ ਲੈਣਾ ਫੇਰ ਧਾਗਾ ਪਿੱਛੇ ਕਰ ਲੈਣਾ ਜਿਹੜਾ ਆਪਾਂ ਇੱਧਰ ਉਲਟਾ ਕੁੰਡਾ ਬਣਾਇਆ ਉਹਨੂੰ ਸਿੱਧਾ ਬੁਣਨਾ ਐ ਇਸ ਤਰ੍ਹਾਂ ਤੇ ਇੱਕ ਕੁੰਡਾ ਆਪਾਂ ਹੋਰ ਸਿੱਧਾ ਬੁਣਨਾ ਫੇਰ ਧਾਗਾ ਆਪਣੇ ਵੱਲ ਕਰਕੇ ਆਹ ਵਾਲੇ ਕੁੰਡੇ ਨੂੰ ਬਿਨਾਂ ਬੁਣੇ ਉਤਾਰਨਾ ਦੋ ਕੁੰਡੇ ਸਿੱਧੇ तग आपण वल कुंडा बिना बुणे उतार ना सारी सलाई कुंडा बिना बुने उतारना ਇਹੀ ਆਪਾਂ ਦੋ ਸਲਾਈਆਂ ਨੂੰ ਰਿਪੀਟ ਕਰਨਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਬੁਣ ਕੇ ਦਿਖਾ ਦਿੰਨੀ ਆ ਪਹਿਲਾ ਕੁੰਡਾ ਉਲਟਾ ਬੁਣਨਾ ਧਾਗਾ ਪਿੱਛੇ ਕਰ ਲੈਣਾ ਦੋ ਕੁੰਡਿਆਂ ਨੂੰ ਆਪਾਂ ਬੈਕ ਲੂਪ ਤੋਂ ਇੱਕ ਕਰ ਦੇਣਾ ਫਿਰ ਫੇਰ ਆਪਾਂ ਇਹ ਕੁੰਡੇ ਨੂੰ ਇੱਕ ਵਾਰੀ ਫੇਰ ਬੁਣ ਦੇਣਾ ਐਸਟਰਾ ਫੇਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਲਾਈ ਤੋਂ ਕੁੰਡੇ ਨੂੰ ਉਤਾਰ ਕੇ ਆਪਾਂ ਫੇਰ ਇਹਨੂੰ ਦੁਬਾਰਾ ਚੱਕ ਕੇ ਉੱਪਰਲੇ ਗੁੰਡੇ ਨੂੰ ਇੱਕ ਵਾਰੀ ਫੇਰ ਮੋੜਨਾ ਬਸ ਇਹੀ ਆਪਣਾ ਇੰਨਾ ਕੁ ਡਿਜ਼ਾਈਨ ਆ ਸਿੱਧੇ ਪਾਸੇ ਦੀ ਸਲਾਈ ਵੀ ਹਰ ਵਾਰੀ ਉਸੇ ਤਰ੍ਹਾਂ ਪਾਉਣੀ ਆ ਤੇ ਬੈਕ ਸਾਈਡ ਦੀ ਸਲਾਈ ਵੀ ਹਰ ਵਾਰੀ ਆਪਾਂ ਉਸੇ ਤਰ੍ਹਾਂ ਹੀ ਪਾਉਣੀ ਆ ਮੋਟੀ ਉਹਨਾਂ ਤੇ ਇਹ ਡਿਜ਼ਾਈਨ ਬਣਿਆ ਬਹੁਤ ਸੋਹਣਾ ਲੱਗੂਗਾ ਬੈਕ ਸਾਈਡ ਵਾਲੀ ਸਲਾਈ ਆਪਾਂ ਫੇਰ ਉਸੇ ਤਰ੍ਹਾਂ ਪਾਵਾਂਗੇ ਪਹਿਲਾ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ

ਇਹੀ ਆਪਾਂ ਦੋ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਤੇ ਦੇਖੋ ਇਹ ਡਿਜ਼ਾਈਨ ਬਣ ਕੇ ਆਪਣਾ ਕਿੰਨਾ ਸੋਹਣਾ ਲੱਗਦਾਗਾ ਮੋਟੀਆਂ-ਮੋਟੀਆਂ ਫਲੀਆਂ ਬਣਦੀਆਂ ਨੇ ਉਮੀਦ ਆ ਤੁਸੀਂ ਜ਼ਰੂਰ ਪਸੰਦ ਕਰੋਗੇ ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ